Yeah.
Oh,
कहे नानक पिछले हफ्ते भी चरवाल के समागम विच इसे दे नाल मिलदा जुलदा जुड़वा शब्द आया सी। गुरु नानक पातशाह जी की रचना तो पहुंचा रहा होया ये शब्द है। चार छंता विच मानो जीवन का एक रहस्य है, कहानी है। चारे पद चारे छंद जीवन मुखातब करके कुछ समझाण लगे ने। इसलिए जो पिछले हफ्ते ये शब्द पढ़िया तो नाल ही अगला शब्द उसी शब्द का एक हिस्सा अगला छंत, क्योंकि छंत श्री गुरु ग्रंथ साहब विच जिथे करीब करीब चार इकट्ठे ते शब्द की समाप्ति चार छंतां बाद हुंदी है। हालांकि हर एक छंत बाद नानक शब्द आ जाता है ते अपनी थावे पर समाप्त हो जाता। छंतां दा वेरवा अक्सर इउं है। हुण पहले शब्द दी भी आखरी रिजल्ट दी लाइन ए सी बड़ी मिलदी जुलदी, ओ सी सच कहे नानक चेत रे मन मरे हरना का लिया। ओ हरन एक एग्जाम्पल संकेत बना के जीवन का तत्व समझाया गया सी, जिंदा मकसद सी कि जो कुछ तेरे कुल है गनीमत है पर तेनू भी पता नहीं। काले हरन को लफज काला स्पेशल ना जुड़िया गया क्योंकि हरना विच्चों काला हरन स्पेशल होता है, उनकी ज्यादा इंपॉर्टेंस किते किते मिलता है। क्यों? क्योंकि काले हरन की नब विच कस्तूरी होती है पर उन्हें नहीं पता। पिछले शब्द विच गुरु नानक ने इस संज्ञा राही समझाया सी कि तैनू जो कुछ मिले है उन्हें पछाण, तू बाहर ना ढूंढ, तन सुगंध ढूंढे परदेश वाली गल ना। हुण अगला शब्द फिर मन नूं मुखातिब करके उत्थे हरन दी एग्जाम्पल दे के इत्थे भंवर दी एग्जाम्पल दे के, पर दोहां दे नफल लफ्जां दे नाल काला शब्द जुड़िया होया, क्योंकि मैं चाहना आपां इत्थे गुरबाणी समझण लई तंदर होंदा। इसे रस्मी तौर ते असीं शब्द पढ़ जाइए तुसीं सुन जाओ कीर्तन ओह नहीं कर असीं गुरबाणी समझणी। पिछले छंत विच मरे हरना का लिया सी तुक दी आखिरी रिजल्ट दी तुक बिल्कुल इको, सच कहे नानक चेत रे मन मरे हरना का लिया। इस छंत दी रिजल्ट दी तुक की सच कहे नानक चेत रे मन मरे भवरा का लिया, बाकी सारी लाइन इको है। उत्थे हरना का लिया सी इत्थे भवरा का लिया है। उत्थे हरना विच्चों काला हरन अपनी तो थावे इंपॉर्टेंस रखता है, महान उन्दे कोल कुछ है,
ਉਹਦੇ ਵਿੱਚ ਕੋਈ ਵਡਿਆਈ ਜਿਹੜੀ ਬਾਕੀ ਹਰਨਾਂ ਵਿੱਚ ਨਹੀਂ। ਤੇ ਇੱਥੇ ਭਮਰਾ ਇੱਕ ਭੂੰਡ ਦੀ ਨਸਲ ਹੈ, ਉਹ ਜੀ ਸ਼ਕਲ ਹੈ, ਉਸੇ ਤਰ੍ਹਾਂ ਗੂੰਜ ਹੈ, ਉਸੇ ਤਰ੍ਹਾਂ ਉਡਾਰੀ ਹੈ, ਓਨਾ ਹੀ ਆਕਾਰ ਹੈ। ਬਲਕਿ ਮੈਂ ਪੰਜਾਬੀ ਦੀ ਕਹਾਵਤ ਕਈ ਵਾਰ ਸਾਂਝੀ ਕਰਨਾ, ਲੋਕ ਆਖਦੇ ਨੇ ਭਵਰੋਂ ਕੀ ਅਰ ਭੂੰਡ ਕੀ, ਇੱਕੋ ਜੈਸੀ ਗੂੰਜ। ਕਹਾਵਤ ਬੜੀ ਲੰਮੀ, ਭਵਰੋਂ ਕੀ ਅਰ ਭੂੰਡ ਕੀ ਇੱਕੋ ਜੈਸੀ ਗੂੰਜ। ਪਰ ਅਗਲੀ ਲਾਈਨ ਕੀ ਹੈ, ਕੰਮੀ ਪੈ ਪਛਾਣੀਏ ਉਹ ਭਵਰਾ ਉਹ ਭੂੰਡ, ਕੋਈ ਫਰਕ ਹੈ? ਹਰ ਭੂੰਡ ਭਵਰਾ ਨਹੀਂ ਹੁੰਦਾ, ਹਰ ਭੂੰਡ ਭਵਰਾ ਨਹੀਂ ਹੁੰਦਾ। ਪਰ ਇੱਕ ਗੱਲ ਨਾਲ ਕਾਲਿਆ ਲਫ਼ਜ਼ ਕਿਉਂ ਜੋੜੀ ਹੈ, ਕਿਉਂਕਿ ਜਿਵੇਂ ਹਰਨਾਂ ਵਿੱਚੋਂ ਮਹਾਨਤਾ ਰੱਖਣ ਵਾਲਾ, ਸ੍ਰੇਸ਼ਠ ਗੁਣ ਵਾਲਾ, ਚੰਗੀ ਨਸਲ ਜਿਹੜੀ ਹੈ ਉਹ ਕਾਲਾ ਹਰਨ ਹੈ, ਇਸੇ ਤਰ੍ਹਾਂ ਭੂੰਡਾਂ ਦੀ ਉਸ ਨਸਲ ਵਿੱਚੋਂ ਜਿਹੜਾ ਭਵਰਾ ਹੈ, ਸ੍ਰੇਸ਼ਠ ਹੈ, ਉਹ ਵੀ ਕਾਲਾ ਹੈ। ਦੋਵਾਂ ਪਾਸੇ ਕਾਲਾ ਲਫ਼ਜ਼ ਕਿਉਂ ਜੋੜਿਆ? ਹਰਨ ਵੀ ਕਾਲਾ ਹੁੰਦਾ, ਕਸਤੂਰੀ ਵਾਲਾ, ਉਹਦੇ ਕੋਲ ਅੰਦਰ ਸੁਗੰਧ ਹੁੰਦੀ ਹੈ, ਪਰ ਉਹਨੂੰ ਪਤਾ ਨਹੀਂ। ਅੰਦਰ ਸੁਗੰਧ ਹੁੰਦੀ ਹੈ, ਉਹਨੂੰ ਪਤਾ ਨਹੀਂ, ਪਛਾਣ ਨਹੀਂ, ਰੰਗ ਉਹਦਾ ਕਾਲਾ ਹੈ। ਪਰ ਕਿਹੜੀ ਅਜੀਬ ਗੱਲ ਹੈ, ਭਵਰ ਜਿਹੜਾ ਉਹਦਾ ਵੀ ਸੁਗੰਧ ਨਾਲ ਸੰਬੰਧਿਤ ਹੈ। ਭੂੰਡ ਰੂੜੀ ਤੇ ਬਹਿੰਦਾ, ਭੂੰਡ ਗੰਦਗੀ ਤੇ ਬੈਠਦਾ, ਭਵਰਾ ਨਹੀਂ ਬੈਠਦਾ। ਦੋਵਾਂ ਚੀਜ਼ਾਂ ਦੇ ਲਫ਼ਜ਼ ਗੁਰੂ ਉਹੀ ਬਹਿਸ ਕਰਦਾ। ਕਹਿੰਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਦੋਂ ਗਹਿਰਾਈ ਵਿੱਚ ਜਾਂਦੇ ਹਾਂ, ਅੰਦਰੋਂ ਬਹੁਤ ਕੁਝ ਮਿਲਦਾ ਜਿਹੜਾ ਕਿਤਾਬਾਂ ਵਿੱਚ ਨਹੀਂ ਮਿਲਦਾ। ਉਹ ਵੀ ਕਾਲਾ ਹਰਨ ਹੈ, ਸਪੈਸ਼ਲ ਹੈ, ਹਰਨਾਂ ਵਿੱਚੋਂ ਨਸਲ ਹੋਈ ਹੈ। ਉਹਦਾ ਉਹਦੀ ਮਹਾਨਤਾ ਵੀ ਸੁਗੰਧੀ ਕਰਕੇ ਹੈ, ਅੰਦਰ ਸੁਗੰਧ ਹੈ, ਕਸਤੂਰੀ ਦੀ ਪਛਾਣਦਾ ਨਹੀਂ। ਆ ਉਹਦੇ ਚ ਕਵੀ ਜੇ ਉਹ ਮਰਦਾ, ਜੇ ਉਹ ਦੁਖੀ ਹੁੰਦਾ ਤਾਂ ਐਸ ਕਮੀ ਪਿੱਛੇ, ਕਿਉਂਕਿ ਪਛਾਣ ਨਹੀਂ ਹੈ, ਅੰਦਰ ਸੁਗੰਧੀ ਦਾ ਸੰਬੰਧ ਹੈ। ਤੇ ਇੱਥੇ ਭਵਰਾ ਜਿਹੜਾ ਹੈ ਉਹ ਵੀ ਭੂੰਡਾਂ ਵਿੱਚੋਂ ਸ੍ਰੇਸ਼ਟ ਹੈ, ਮਹਾਨ ਹੈ। ਕਿਉਂ? ਕਿਉਂਕਿ ਉਹਦਾ ਸੰਬੰਧ ਵੀ ਸੁਗੰਧੀ ਨਾਲ ਹੈ, ਤੇ ਉਹਦਾ ਰੰਗ ਵੀ ਕਾਲਾ, ਜਿਵੇਂ ਉਹਦਾ ਰੰਗ ਕਾਲਾ ਤੇ ਮੈਨੂੰ ਉਹਦਾ ਰੰਗ ਕਾਲਾ, ਉਹਦਾ ਵੀ ਸੰਬੰਧੀ ਨਾਲ ਸੁਗੰਧੀ ਨਾਲ ਸੰਬੰਧ ਹੈ, ਇਹਦਾ ਵੀ ਸੁਗੰਧੀ ਨਾਲ, ਉਹਦੇ ਅੰਦਰ ਸੁਗੰਧੀ ਹੈ, ਬਾਹਰੋਂ ਸੁਗੰਧੀ ਢੂੰਡਦਾ। ਲੋ ਆਪ ਰੱਖੀ, ਉਹਦੇ ਅੰਦਰ ਸੁਗੰਧੀ ਹੈ, ਚੜ੍ਹ ਦਿੰਦੇ ਸੰਬੰਧ, ਰਿਸ਼ਤਾ, ਪਿਆਰ, ਇਹਦੀ ਵੀ ਸੁਗੰਧੀ ਗੱਲ ਹੈ, ਇਹਦੇ ਅੰਦਰ ਸੁਗੰਧੀ ਨੇ, ਇਹ ਬਾਹਰੋਂ ਸੁਗੰਧੀ ਭੋਰ ਢੂੰਡਦਾ। ਫੁੱਲਾਂ ਦੀ ਫੁਲਵਾੜੀ ਵਿੱਚ ਜਾਂਦਾ ਕਿਉਂ ਜਾਂਦਾ? ਗੰਦਗੀ ਤੇ ਨਹੀਂ ਜਾਂਦਾ, ਬਾਕੀ ਪਹੁੰਚ ਜਾਂਦੇ ਨੇ। ਫੁੱਲਾਂ ਦੀ ਫੁਲਵਾੜੀ ਵਿੱਚ ਜਾਂਦਾ ਕਿਉਂ? ਕਿਉਂਕਿ ਇਹਦਾ ਸੁਗੰਧੀ ਨਾਲ ਪਿਆਰ ਹੈ। ਉਹ ਵੀ ਕਾਲਾ ਹੈ, ਇਹ ਵੀ ਕਾਲਾ ਹੈ, ਉਹ ਵੀ ਸੁਗੰਧਿਤ ਹੈ, ਇਹ ਵੀ ਸੁਗੰਧਿਤ ਹੈ। ਤੇ ਗੁਰੂ ਨੇ ਦੋਹਾਂ ਲਈ ਇੱਕ ਲਫ਼ਜ਼ ਵਰਤ ਦਿੱਤੇ ਨੇ, ਉਹਦੇ ਸਮਝਾ ਦਿੱਤੇ ਨੇ, ਇਹਦੇ ਆਪਾਂ ਅੱਜ ਸਮਝ ਲੈਣੇ। ਕਹਿੰਦੇ ਨੇ ਸੱਚ ਕਹੇ ਨਾਨਕ ਮਨ
ਪਵਲਾ ਕਾਲਿਆ ਪਰ ਵੇਖਣੇ ਫਰਕ ਕੀ ਉਧਰ ਹਰਨ ਦੇ ਦੁੱਖਾਂ ਦਾ ਕਾਰਨ ਦੱਸ ਦਿੱਤਾ ਨੇ ਸਮਝਾ ਦਿੱਤਾ ਪ੍ਰਦੇਸ਼ ਨੂੰ ਇੱਥੇ ਵੀ ਜਦੋਂ ਸ਼ਬਦ ਦਾ ਆਰੰਭ ਕੀਤਾ ਨੇ ਉੱਥੇ ਭਵਨ ਦੇ ਦੁੱਖ ਦੀ ਗੱਲ ਕੀਤੀ ਨੇ ਭਵਰਾ ਫੂਲ ਭਵਨ ਸ਼ਬਦ ਆਰੰਭ ਫੁੱਲਾਂ ਦੀ ਖੁਸ਼ਬੂ ਨਾਲ ਉਹਦਾ ਪਿਆਰ ਫੁੱਲਾਂ ਦੀ ਖੁਸ਼ਬੂ ਤੇ ਜਾਂਦਾ ਆਪਣੀ ਨਸਲ ਵਿੱਚੋਂ ਸਭ ਤੋਂ ਸ੍ਰੇਸ਼ਟ ਹੈ ਪਰ ਉਸ ਪੁੰਡਾਂ ਦੀ ਨਸਲ ਵਿੱਚੋਂ ਸਭ ਤੋਂ ਚੰਗਾ ਹੈ ਉਹਨੂੰ ਮਾਣ ਮਿਲਦਾ ਹੈ ਸਨਮਾਨ ਫਲਾਂ ਨੂੰ ਭਵਰੇ ਵਾਂਗੂ ਪਰ ਹੈ ਦੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਭਵਨ ਦੀ ਦੁੱਖ ਦੀ ਕਹਾਣੀ ਇੱਕ ਲਾਈਨ ਵਿੱਚ ਵੀ ਦੱਸ ਦਿੱਤੀ ਹੈ ਭਵਰ ਲੋਭੀ ਕੁਸੁਮ ਬਾਸਕਾ ਕੁਸੁਮ ਬਾਸਕਾ ਦਾ ਅਰਥ ਹੁੰਦਾ ਹੈ ਫੁੱਲਾਂ ਦੀ ਖੁਸ਼ਬੂ ਕੁਸੁਮ ਫੁੱਲ ਨੂੰ ਕਹਿੰਦੇ ਤੇ ਬਾਸਕਾ ਭਾਵ ਵਾਸ਼ਨਾ ਭਵਰ ਲੋਭੀ ਕੁਸੁਮ ਵਾਸ਼ਨਾ ਦਾ ਬੱਝਿਆ ਹੋਇਆ ਕਮਲ ਫੁੱਲ ਨੂੰ ਛੱਡ ਕੇ ਨਹੀਂ ਜਾਂਦਾ ਆਪਾਂ ਬੱਝ ਜਾਂਦਾ ਵਿੱਚ ਬੱਝ ਕੇ ਬੰਦ ਹੋ ਕੇ ਮਰ ਜਾਂਦਾ ਮੌਤ ਦਾ ਕਾਰਨ ਖੁਸ਼ਬੂ ਬਣਦੀ ਹੈ ਤੇ ਮਿਰਗ ਦੇ ਅੰਦਰ ਖੁਸ਼ਬੂ ਹੈ ਸੁਗੰਧਿਤ ਹੈ ਉਹਨੂੰ ਵੀ ਸ਼ਿਕਾਰੀ ਇਸੇ ਲਈ ਢੂੰਡਦਾ ਵੀ ਕਿਤੇ ਮਿਲ ਜਾਏ ਨਿਰਾ ਮਾਸ ਚਮ ਹੱਡੀ ਨਹੀਂ ਮਿਲਣਗੇ ਮੈਨੂੰ ਕਸਤੂਰੀ ਵੀ ਮਿਲ ਜਾਏ ਉਹਦੀ ਵੀ ਖੁਸ਼ਬੂ ਮੌਤ ਦਾ ਕਾਰਨ ਬਣੀ ਇਹਦੀ ਵੀ ਖੁਸ਼ਬੂ ਮੌਤ ਦਾ ਕਾਰਨ ਬਣੀ ਹੈ ਦੋਨੋਂ ਸ੍ਰੇਸ਼ ਚੰਗੀ ਨਸਲ ਕਹਿਣ ਲੱਗੇ ਪਾਉਣ ਵਾਲੇ ਆ ਦੁੱਖ ਅੱਤ ਬਹਾਰੀ ਰਾਮ ਤੂੰ ਵੀ ਦੁੱਖਾਂ ਵਿੱਚ ਪੈ ਜਾਂਦੇ ਤੇਰੀ ਵੀ ਮੌਤ ਫੁੱਲਾਂ ਤੇ ਤੇਰੀ ਮੌਤ ਫੁੱਲ ਹੀ ਤੇਰਾ ਜੀਵਨ ਫੁੱਲ ਹੀ ਤੇਰੀ ਮੌਤ ਦਾ ਕਾਰਨ ਕਹਿ ਲੱਗੇ ਤੇਰੇ ਵੱਲ ਵੇਖ ਕੇ ਤੇਰੀ ਹਾਲਤ ਵੱਲ ਕਿ ਤੂੰ ਖੁਸ਼ਬੂ ਦੇ ਕਾਰਨ ਮਰ ਰਿਹਾ ਸ੍ਰੇਸ਼ਟ ਹੈ ਦੁੱਖਾਂ ਵਿੱਚ ਪਿਆ ਹੈ ਮੈਂ ਕਿਹਾ ਆਪਣੇ ਗੁਰੂ ਕੋਲੋਂ ਪੁੱਛਿਆ ਲਓ ਬੜੀ ਸੋਹਣੀ ਕਹਾਣੀ ਬਣਾ ਦਿੱਤੀ ਕਹਿ ਲੱਗੇ ਜਦੋਂ ਮੈਂ ਤੈਨੂੰ ਦੁਖੀ ਹੁੰਦਾ ਵੇਖਿਆ ਮੈਂ ਆਪਣੇ ਗੁਰੂ ਕੋਲੋਂ ਪੁੱਛਿਆ ਕਿਸ ਗੁਰੂ ਕੋਲੋਂ ਜਿਹਦੇ ਗੁਰੂ ਕੋਲ ਸੱਚ ਦੀ ਵਿਚਾਰ ਸੀ ਜਿਹਦੇ ਕੋਲ ਸੱਚ ਦੀ ਵਿਚਾਰ ਨੇ ਉਸ ਗੁਰੂ ਕੋਲੋਂ ਵੀ ਕਿਸੇ ਦੀ ਕਹਾਣੀ ਪੁੱਛੀ ਸਾਨੂੰ ਨਹੀਂ ਮਿਲਦੀ ਕਹਿਣ ਲੱਗੇ ਵਿਚਾਰ ਕਰਨ ਵਾਲਾ ਮੇਰਾ ਗੁਰੂ ਮੈਂ ਉਹਦੇ ਕੋਲੋਂ ਪੁੱਛਿਆ ਜੀ ਮੈਨੂੰ ਸਮਝਾਓ ਇਹਨੇ ਕੀ ਗੁਨਾਹ ਕੀਤਾ ਹੈ ਫੁੱਲਾਂ ਦੀ ਖੁਸ਼ਬੂ ਚਾਹੁੰਦਾ ਇਹ ਕਿਉਂ ਦੁਖੀ ਹੋ ਰਿਹਾ ਇਹ ਕਿਉਂ ਪਰੇਸ਼ਾਨ ਹੈ ਇਹਦੇ ਸਾਹਮਣੇ ਦੁੱਖ ਕਿਉਂ ਆਏ ਨੇ ਮੈਂ ਗੁਰ ਪੁੱਛਿਆ ਆਪਣਾ ਸੱਚਾ ਵਿਚਾਰੀ ਰਾਮ ਵਿਚਾਰ ਸਤਿਗੁਰ ਮੁਝੇ ਪੁੱਛਿਆ ਮੈਂ
ਗੁਰੂ ਕੋਲੋਂ ਵਿਚਾਰ ਪੁੱਛਿਆ, ਉਹ ਵਿਚਾਰੀ ਵਿਚਾਰ ਕਰਨ ਵਾਲਾ ਤੇ ਸੱਚ ਦੀ ਵਿਚਾਰ ਕਰਨ ਵਾਲਾ, ਮੈਂ ਉਹਦੇ ਕੋਲੋਂ ਪੁੱਛਿਆ, ਭਵਰ ਬੇਲੀ ਰਾਤੋਂ, ਮੇਰਾ ਦੋਸਤ ਭਵਰ, ਮੈਂ ਤਾਂ ਚੰਗੇ ਪੁਰਸ਼ਾਂ ਨੂੰ ਹੀ ਆਪਣਾ ਦੋਸਤ ਬਣਾਉਣਾ, ਹਰਨਾਂ ਵਿੱਚੋਂ ਕਾਲਾ ਹਰਨ ਖੁਸ਼ਬੂ ਨਾਲ ਸੰਬੰਧਿਤ ਹੈ, ਪੂਨਾ ਵਿੱਚੋਂ ਕਾਲਾ ਭਵਰ ਖੁਸ਼ਬੂ ਨਾਲ ਸੰਬੰਧਿਤ ਮੇਰੇ ਦੋਸਤ, ਮੈਂ ਤਾਂ ਇਹਨਾਂ ਨੂੰ ਚੰਗਾ ਸਮਝਦੇ, ਇਹਨਾਂ ਕੋਲ ਗੁਣ ਨੇ, ਇਹ ਕੀ ਕਾਰਨ ਹੈ? ਭਵਰ ਬੇਲੀ ਰਾਤ ਜਵਾਬ, ਕਿਉਂਕਿ ਸ਼ਬਦ ਹਮੇਸ਼ਾ ਸੰਖੇਪ ਛੋਟਾ ਸ਼ਬਦ, ਉਹਦੇ ਵਿੱਚ ਗੱਲ ਦਾ ਫੈਸਲਾ ਬੜੀ ਜ਼ਰੂਰੀ ਹੁੰਦਾ ਹੈ। ਕਹਿਣ ਲੱਗੇ, ਸੂਰਜ ਚੜ੍ਹਿਆ ਪਿੰਡ ਪੜਿਆ, ਆ ਮੈਂ ਤੈਨੂੰ ਜੀਵਨ ਦੀ ਕਹਾਣੀ ਇਸ ਭੋਗ ਵਿੱਚੋਂ ਭਵਨ ਵਿੱਚੋਂ ਦੱਸਾਂ। ਜਦੋਂ ਜੀਵਨ ਦੀ ਰਾਤ ਬੀਤੀ, ਸੂਰਜ ਚੜ੍ਹਿਆ, ਜਿਹੜਾ ਪਿੰਡ ਸਰੀਰ ਸੀ ਉਹ ਡਿੱਗ ਪਿਆ, ਪੜਿਆ ਡਿੱਗ ਪੜਿਆ। ਇਹ ਭਵਰ ਦੀ ਤਰ੍ਹਾਂ 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 ਦੇ ਫੁੱਲਾਂ ਦਾ ਰਸੀਆ ਸੀ। ਜਦੋਂ ਸਰੀਰ ਨਿਕੰਮਾ ਹੋਇਆ, ਹੁਣ ਦੀ ਹਾਲਤ ਉਸ ਤਪਦੇ ਹੋਏ ਤੇਲ ਵਾਂਗ ਅੰਦਰੋਂ ਅੰਦਰ ਤਪਣੀ ਰਹਿ ਗਈ, ਉਹ ਬੈਠਾ ਝੋਰੇ ਹੀ ਝੁੰਦਾ ਹੈ, ਲੱਗੇ। ਮੈਂ ਇਸ ਲਈ ਤੈਨੂੰ ਇੱਕ ਕਹਾਣੀ ਭਵਰ ਦੀ ਸਮਝਾਉਣਾ ਚਾਹੁੰਦਾ। ਕਹਿਣ ਲੱਗੇ, ਉਹਦੇ ਵਿੱਚ ਗੁਣ ਹੁੰਦਿਆਂ ਹੋਇਆਂ, ਜਿਵੇਂ ਹਰਨ ਵਿੱਚ ਗੁਣ ਹੁੰਦਿਆਂ ਹੋਇਆਂ, ਅਵਗੁਣ ਹੈ ਉਹ ਪਛਾਣ ਨਹੀਂ ਸਕਦਾ ਤੇ ਬਾਹਰ ਭਟਕਦਾ ਹੈ, ਭਟਕਦਾ ਉਹ ਵੀ ਇਸ ਖਿਆਲ ਨਾਲ ਕਿ ਖੋਰੇ ਕਸਤੂਰੀ ਦੀ ਖੁਸ਼ਬੂ ਕਿੱਥੋਂ ਆਉਂਦੀ ਹੈ, ਆਉਂਦੀ ਅੰਦਰੋਂ ਹੈ ਉਹ ਬਾਹਰ ਟੁੱਟਦਾ ਹੈ, ਤਾਂ ਸੁਗੰਧ ਡੁੱਬਦਾ ਹੈ ਪਰਦੇਸ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਜੋ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਭਰਮ ਦਾ ਮਤਲਬ ਕੀ ਹੈ? ਪਾਉਣਾ ਪਰਮੇ। ਤੇ ਕਹਿਣ ਲੱਗੇ, ਕਿਹੜੀ ਅਜੀਬ ਗੱਲ ਹੈ, ਭਵਰੇ ਦੀ ਵੀ ਇਹੋ ਹਾਲਤ ਹੈ, ਬੇਸ਼ੱਕ ਉਹਨੂੰ ਵੀ ਖੁਸ਼ਬੂ ਚਾਹੀਦੀ, ਇਹ ਵੀ ਉਹਨੂੰ ਪਤਾ ਕਿ ਖੁਸ਼ਬੂ ਮੇਰੇ ਅੰਦਰ ਨਹੀਂ, ਖੁਸ਼ਬੂ ਮੈਂ ਬਾਹਰੋਂ ਫੁਲਵਾੜੀ ਵਿੱਚੋਂ ਢੂੰਡਣ ਜਾਣਾ। ਪਰ ਕਿੰਨੀ ਬਦਕਿਸਮਤੀ ਹੈ, ਉਹ ਕਿਸੇ ਇੱਕ ਦੀ ਫੁੱਲ ਦੀ ਖੁਸ਼ਬੂ ਨਾਲ ਨਹੀਂ ਜੁੜਦਾ। ਇੱਕ ਖੁਸ਼ਬੂ ਫੁੱਲ ਦੀ ਖੁਸ਼ਬੂ ਨਾਲ ਨਹੀਂ ਜੁੜਦਾ, ਹੁਣ ਇਸ ਫੁੱਲ 'ਤੇ ਅਗਲੇ ਪਲ, ਇਸ ਫੁੱਲ 'ਤੇ ਅਗਲੇ ਪਲ, ਉਸ ਫੁੱਲ 'ਤੇ। ਮੈਂ ਇੱਕ ਵਾਰ ਐਗਜ਼ਾਮਪਲ ਜੇ ਦਿੱਤੀ ਸੀ, ਤੁਹਾਨੂੰ ਯਾਦ ਹੋਵੇਗਾ, ਕਿਸੇ ਸ਼ਾਇਰ ਨੇ ਚੰਬੇ ਦੇ ਫੁੱਲ ਨੂੰ ਪੁੱਛਿਆ, ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਵੋ ਅਵਗੁਣ ਤੁਝ ਮੈਂ ਕੌਣ ਹੈ, ਜੋ ਭਵਰ ਨਾ ਬੈਠੇ ਪਾਸ, ਇੰਨੇ ਸਾਰੇ ਫੁੱਲਾਂ ਦੀ ਖੁਸ਼ਬੂ ਲੈਂਦਾ ਹੈ ਭਵਰਾ, ਪਰ ਚੰਬੇ ਦੇ ਫੁੱਲ ਤੇ ਤੁਲ ਨਹੀਂ ਜਾਂਦਾ। ਕਹਿ ਲੱਗੇ, ਤੇਰੇ ਕੋਲ ਸਾਰੇ ਹੀ ਗੁਣ ਨੇ ਫੁੱਲਾਂ ਵਾਲੇ, ਤੇਰੇ ਕੋਲ ਕਿਉਂ ਨਹੀਂ ਆਉਂਦਾ, ਉਹ ਅਵਗੁਣ ਕਿਹੜਾ ਤੇਰੇ ਕੋਲ? ਤੇ ਜਿਹੜਾ ਭਵਰੇ ਨੇ, ਜਿਹੜਾ ਫੁੱਲ ਚੰਬੇ ਨੇ ਜਵਾਬ ਦਿੱਤਾ, ਉਹ ਗੱਲ ਬੜੀ ਸਮਝਣ ਵਾਲੀ। ਕਹਿਣ ਲੱਗਾ, ਇਹ ਨਾ ਕਹੇ ਸ਼ਾਇਰ ਕਵੀ, ਇਹ ਨਾ ਕਹੇ ਕਿ ਭਵਰਾ ਮੇਰੇ ਕੋਲ ਆਉਂਦਾ ਨਹੀਂ, ਉਹ ਤੇ ਆਉਣਾ ਚਾਹੁੰਦਾ, ਮੈਂ ਉਹਨੂੰ ਕੋਲ ਬਿਠਾਉਂਦਾ ਹੀ ਨਹੀਂ। ਕਿਉਂ ਨਹੀਂ ਬਿਠਾਉਂਦਾ? ਕਹਿਣ ਲੱਗਾ, ਮੀਤਾ ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਠੌਰ ਠੌਰ ਕੇ ਮੀਤ ਕੋ ਕਾਹੇ ਬਿਠਾਉਂ ਪਾਸ। ਜਿਹੜਾ ਇੱਕ ਫੁੱਲ ਦਾ ਨਹੀਂ ਬਣਦਾ, ਜਿਹੜਾ ਇੱਕ ਖੁਸ਼ਬੂ ਨਾਲ ਸਾਜ ਨਹੀਂ ਰੱਖਦਾ, ਹੁਣ ਇਸ ਫੁੱਲ 'ਤੇ, ਅੱਗੇ ਉਸ ਫੁੱਲ 'ਤੇ, ਅਗਾਂਹ ਤੀਜੇ ਉਸ ਫੁੱਲ 'ਤੇ। ਕਹਿਣ ਲੱਗੇ, ਇਹ ਉਹਦੀ ਬਦਕਿਸਮਤੀ ਹੈ, ਇਸ ਤਰ੍ਹਾਂ ਹਰ ਫੁੱਲ 'ਤੇ ਫਿਰਨ ਵਾਲਾ ਭਵਰਾ ਇੱਕ ਗਲਤੀ ਕਰ ਜਾਂਦਾ ਹੈ ਕਿ ਆਪਣੇ ਬਗਾਨੇ ਦੀ, ਸੱਜਣ ਅਤੇ ਦੁਸ਼ਮਣ ਦੀ, ਮਿੱਤਰ ਅਤੇ ਦੁਰਜਨ ਦੀ ਪਛਾਣ ਹੀ ਖਤਮ ਹੋ ਜਾਂਦੀ ਹੈ। ਇਹ ਫੁੱਲਾਂ 'ਤੇ ਭਵਰਾ ਫਿਰਦਾ 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 ਆਖਰ ਕਮਲ ਫੁੱਲ 'ਤੇ ਜਾ ਪੈਂਦਾ।
ਕਿਹੜੀ ਅਜੀਬ ਕਹਾਣੀ ਹੈ ਸਰ। ਹੁਣ ਹੈ ਖੁਸ਼ਬੂ ਦਾ ਲਾਲਚੀ, ਉਹਦੇ ਅੰਦਰ ਨਹੀਂ ਉਹ ਬਾਹਰੋਂ ਢੂੰਡਦਾ, ਪਰ ਬਦਕਿਸਮਤੀ ਇਹ ਹੈ ਕਿ ਉਹ ਇੱਕ ਦਾ ਨਹੀਂ ਬਣਦਾ। ਉਹ ਫੁਲਵਾੜੀ ਦੇ ਹਰ ਫੁੱਲ ਕੋਲੋਂ ਪਲ ਪਲ ਸਕਿੰਟ ਸਕਿੰਟ ਬਾਅਦ ਬਦਲਦਾ ਤੇ ਉਹਦਾ ਨਤੀਜਾ ਨਿਕਲਦਾ ਉਹਨੂੰ ਆਪਣੇ ਬਿਗਾੜ, ਬਹੁਤੇ ਫੁੱਲਾਂ ਵਿੱਚੋਂ ਆਪਣੇ ਬਿਗਾੜਨੇ ਦੀ ਪਛਾਣ ਹੀ ਨਹੀਂ ਰਹਿੰਦੀ। ਉਹ ਸੱਜਣ ਤੇ ਦੁਸ਼ਮਣ ਦੀ ਗੁਣ ਤੇ ਅਵਗੁਣ ਦੀ ਪਛਾਣ ਹੀ ਨਹੀਂ ਕਰ ਸਕਦਾ। ਨਤੀਜਾ ਇਹ ਨਿਕਲਦਾ ਕਿ ਉਹ ਫੁੱਲਾਂ ਤੇ ਭੰਗਦਾ ਭੰਗਦਾ ਅਖੀਰ ਇੱਕ ਦੁਸ਼ਮਣ ਫੁੱਲ ਤੇ, ਜਿਹਨੂੰ ਕਮਲ ਫੁੱਲ ਆਖਦੇ ਨੇ, ਇੱਥੇ ਦੁਸ਼ਮਣ ਆਖਿਆ ਨਹੀਂ ਬਲਕਿ ਉਸ ਗੁਰਬਾਣੀ ਦੀ ਤੁਕ ਅੰਦਰ ਵੀ ਦੁਸ਼ਮਣ ਹੀ ਸਾਬਤ ਕੀਤਾ ਨੇ। ਪਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਦਾ ਵੇ, ਜਿਹੜਾ ਬਣ ਦੇਵੇ ਕਿਸਾ ਕਿਸੇ ਨੂੰ, ਜਿਹੜਾ ਜਕੜ ਦੇਵੇ, ਜਿਹੜਾ ਗੁਲਾਮ ਕਰ ਲਵੇ, ਉਹ ਮਿੱਤਰ ਥੋੜ੍ਹਾ ਹੁੰਦਾ। ਕਹਿਣ ਲੱਗੇ ਇੱਕ ਐਸੇ ਦੁਸ਼ਮਣ ਦੀ ਗੋਦੀ ਵਿੱਚ ਚਲਾ ਗਿਆ। ਔਰ ਕਿਹੜੀ ਅਜੀਬ ਗੱਲ ਹੈ, ਨਾ ਪਛਾਣਨ ਕਰਕੇ ਦੂਜੇ ਫੁੱਲਾਂ ਤੇ ਖੁਸ਼ਬੂ ਲੈ ਕੇ ਉੱਡ ਜਾਂਦਾ ਸੀ, ਉੱਥੇ ਬਹਿ ਗਿਆ। ਦੁਸ਼ਮਣ ਦੀ ਗ੍ਰਿਪ ਵਿੱਚ ਜਦੋਂ ਆ ਜਾਏ ਨਾ ਮਨੁੱਖ, ਅੱਜ ਵੀ ਸਾਡੀ ਇਹ ਹੋ ਰਹਿੰਦਾ, ਜਦੋਂ ਕਿਸੇ ਦੁਸ਼ਮਣ ਦੀ ਗ੍ਰਿਪ ਵਿੱਚ ਆ ਜਾਓ ਉੱਥੋਂ ਨਿਕਲਣਾ ਬੜਾ ਔਖਾ ਹੁੰਦਾ। ਦੁਸ਼ਮਣ ਦੀ ਗ੍ਰਿਪ ਵਿੱਚ ਆ ਗਿਆ। ਔਰ ਇੱਕ ਹੋਰ ਦੱਸਿਆ ਨੇ ਅਗਲੇ ਪਾਸੇ ਕਾਰਨ, ਕਹਿਣ ਲੱਗੇ ਮੈਂ ਦੁਸ਼ਮਣ ਨੂੰ ਕਿਉਂ ਆਖ ਰਿਹਾ, ਤੂੰ ਉਹਨੂੰ ਮਿੱਤਰ ਸਮਝ ਕੇ ਉਹਦੇ ਤੇ ਬੈਠਾ ਭਰਿਆ, ਉਹ ਤੇਰੇ ਨਾਲ ਪਿਆਰ ਨਹੀਂ ਕਰਦਾ, ਉਹਦਾ ਪਿਆਰ ਤਾਂ ਸੂਰਜ ਨਾਲ ਹੈ। ਦੇਖੋ ਕਿੰਨੀ ਗਹਿਰਾਈ ਵਿੱਚ ਜਾਂਦੇ ਨੇ ਬਾਣੀ ਵਿੱਚ। ਭਮਰਾ ਕਮਲ ਫੁੱਲ ਨਾਲ ਪਿਆਰ ਕਰਦਾ, ਪਰ ਕਮਲ ਫੁੱਲ ਭਵਰੇ ਨਾਲ ਪਿਆਰ ਬਿਲਕੁਲ ਨਹੀਂ ਕਰਦਾ। ਉਹਦਾ ਸੰਬੰਧ ਸੂਰਜ ਨਾਲ ਹੈ। ਉਹ ਜਦੋਂ ਸੂਰਜ ਚੜ੍ਹਦਾ ਉਦੋਂ ਖਿੜਦਾ, ਤੇ ਜਿੰਨੀ ਦੇਰ ਸੂਰਜ ਚੜਿਆ ਰਹਿੰਦਾ ਉਹ ਵੀ ਖਿੜਿਆ ਰਹਿੰਦਾ। ਜਿਸ ਵੇਲੇ ਸੂਰਜ ਛੁਪਦਾ ਉਹ ਕਹਿੰਦੇ ਮੈਂ ਤੇ ਆਪਣੇ ਮਿੱਤਰ ਨਾਲ ਸੰਬੰਧ ਰੱਖਣਾ, ਤੂੰ ਕੌਣ ਹੁੰਦਾ, ਮਰਦਾ ਮਰਦਾ। ਉਹ ਆਪਣੀ ਗਲਵਕੜੀ ਵਿੱਚ ਲੈ ਕੇ ਉਹਨੂੰ ਉੱਥੇ ਮਾਰ ਦਿੰਦਾ ਤੇ ਆਪ ਸੂਰਜ ਦੇ ਨਾਲ ਹੀ ਸਿਮਟਿਆ ਜਾਂਦਾ ਹੈ। ਗੁਰਬਾਣੀ ਦੀ ਕਿੱਡੀ ਗਹਿਰਾਈ ਹੈ। ਕਹਿੰਦੇ ਨੇ ਭਰਿਆ ਜਿਹੜਾ ਅਗਾਂਹ ਕਿਸੇ ਦੇ ਅਧੀਨ ਹੈ ਉਹ ਤੇਰਾ ਕਦੀ ਨਹੀਂ ਬਣ ਸਕਦਾ। ਲਓ ਇੱਕ ਖਿਆਲ ਹੈ, ਜਿਹੜਾ ਹੈਗਾ ਕਿਸੇ ਦਾ ਗੁਲਾਮ ਹੈ, ਉਹਦੇ ਚੜ੍ਹਨ ਨਾਲ ਉਹਨੇ ਖਿੜਨਾ, ਉਹਦੇ ਡੁੱਬਣ ਨਾਲ ਉਹਨੇ ਸਮੇਟਿਆ ਜਾਣਾ, ਉਹਦੇ ਸੂਰਜ ਦਾ ਗੁਲਾਮ ਹੈ ਤੇ ਤੂੰ ਉਹਦਾ ਗੁਲਾਮ ਬਣ ਕੇ ਬਹਿ ਗਏ। ਉਹ ਤੇਰਾ ਮਿੱਤਰ ਨਹੀਂ ਬਣ ਸਕਦਾ, ਤੇਰਾ ਵਫ਼ਾਦਾਰ ਨਹੀਂ ਬਣ ਸਕਦਾ। ਕਹਿਣ ਲੱਗੇ ਆ ਅਵਗੁਣ ਹੈ ਕਾਲੇ ਭਵਰੇ ਵਿੱਚ, ਪਛਾਣ ਨਹੀਂ ਕਰ ਸਕਿਆ, ਕੇਵਲ ਖੁਸ਼ਬੂ ਨਾਲ ਜੁੜਿਆ ਹੋਇਆ ਹੈ। ਖੁਸ਼ਬੂ ਢੂੰਡਦਾ ਫਿਰਦਾ, ਕਿਸੇ ਦਾ ਆਪਣਾ ਨਹੀਂ ਬਣਦਾ ਤੇ ਅਖੀਰ ਐਸੇ ਦੁਸ਼ਮਣ ਦੇ ਘੇਰੇ ਵਿੱਚ ਚਲਾ ਜਾਂਦਾ ਜਿਹੜਾ ਦੁਸ਼ਮਣ ਅਗਾਂਹ ਕਿਸੇ ਹੋਰ ਨਾਲ ਦੋਸਤੀ ਪਾਈ ਬੈਠਾ ਹੈ, ਉਹਦੇ ਹੁਕਮ ਵਿੱਚ ਚੱਲਦਾ ਤੇ ਉਹਦੇ ਨਾਲ ਜੁੜ ਕੇ ਆਪਾ ਜੀਵਨ ਖਰਾਬ ਕਰ ਲੈਂਦਾ ਹੈ। ਤੇ ਗੁਰੂ ਕਹਿੰਦੇ ਨੇ ਮੈਂ ਇਸ ਲਈ ਜਿਵੇਂ ਉਹ ਪਿਛਲੀ ਵਾਰ ਮਾਰੇ ਹਰਨ ਨੂੰ ਸਮਝਾਇਆ ਸੀ ਨਾ, ਸੱਚ ਕਹੇ ਨਾਨਕ ਚੇਤਨੇ ਮਨ ਮਰੇ ਹਰਨਾ ਕਾਲਿਆ। ਕਹਿਣ ਲੱਗੇ ਇਸੇ ਤਰ੍ਹਾਂ ਮੈਂ ਤੈਨੂੰ ਵੀ ਸਮਝਾਉਣਾ ਚਾਹੁੰਦਾ ਕਿ ਜਮ ਮਗ ਬਾਧਾ ਖਾਏ ਚੋਟਾਂ। ਮਗ ਕਹਿੰਦੇ ਨੇ ਰਸਤੇ ਨੂੰ, ਮਗ ਰਸਤੇ ਦਾ ਨਾਮ ਹੈ ਤੇ ਜਮ ਮਗ ਦਾ ਅਰਥ ਹੈ ਮੌਤ ਦਾ ਰਾਹ, ਮੌਤ ਦਾ ਰਸਤਾ। ਜੀਵਨ ਹੈ ਕਿ ਜਦੋਂ ਜਨਮ ਲੈਂਦਾ ਜਨਮ ਲੈਂਦੇ ਹੀ ਤੁਰ ਪੈਂਦਾ, ਇਹਨੂੰ ਜੀਵਨ ਸਫ਼ਰ ਕਹਿੰਦੇ ਨੇ। ਸਫ਼ਰ ਜਨਮ ਲੈਂਦੇ ਹੀ ਸ਼ੁਰੂ ਹੋ ਜਾਂਦਾ, ਜਦੋਂ ਮਨੁੱਖ ਜਨਮ ਲੈਂਦਾ ਉਦੋਂ ਸਫ਼ਰ ਸ਼ੁਰੂ ਹੋ ਜਾਂਦਾ। ਤੇ ਸਫ਼ਰ ਕਿਹੜੇ ਪਾਸੇ ਜਾਂਦਾ, ਉਹਦੀ ਦਿਸ਼ਾ ਕੀ ਹੁੰਦੀ ਹੈ, ਮੌਤ ਵੱਲ ਸਫ਼ਰ ਕਰੀ ਜਾਂਦਾ ਕਰੀ ਜਾਂਦਾ, ਮੰਜ਼ਿਲ ਕੀ ਹੈ, ਮੌਤ। ਇਸੇ ਲਈ ਜਦੋਂ ਸੰਸਕਾਰ ਦੇ ਸਾਹਮਣੇ ਵੀ ਲੋਕ ਆਖਦੇ ਨੇ ਆਖਰੀ ਮੰਜ਼ਿਲ ਤੇ ਲੈ ਚੱਲੇ। ਜੀਵਨ ਦੀ ਇੱਕ ਕਹਾਣੀ ਹੈ ਗੁਰਬਾਣੀ ਰਾਹੀਂ ਨਿਕਲਦੀ। ਕਹਿਣ ਲੱਗੇ ਜਦੋਂ
ਜਦੋਂ ਜੀਵਨ ਆਰੰਭ ਹੋਇਆ, ਜਨਮ ਲਿਆ, ਉਦੋਂ ਇਹਦਾ ਸਫ਼ਰ ਸ਼ੁਰੂ ਹੋ ਗਿਆ। ਤੇ ਉਹ ਸਫ਼ਰ ਕੀ ਹੈ, ਕਿੱਧਰ ਦਿਸ਼ਾ ਹੁੰਦੀ? ਮੌਤ ਵੱਲ। ਜਨਮ ਦਾ ਰਸਤਾ ਹੈ, ਮੌਤ ਦਾ ਰਸਤਾ ਹੈ, ਉਧਰ ਵੱਧ ਰਿਹਾ। ਇਸੇ ਲਈ ਮੈਂ ਕਈ ਵਾਰ ਕਹਿੰਦਾ, ਇਹ ਜਿੰਨੇ ਸਾਲ ਨੇ ਇਹ ਤਾਂ ਸਾਡੀ ਜ਼ਿੰਦਗੀ ਦੇ ਸਫ਼ਰ ਦੇ ਮੀਲ ਪੱਥਰ ਨੇ। ਕਿਸੇ ਦੀ ਮੰਜ਼ਿਲ 50 ਮੀਲ ਪੱਥਰ ਮੀਲ ਬਾਅਦ ਆ ਗਈ, ਕਿਸੇ ਦੀ ਮੰਜ਼ਿਲ 60 ਮੀਲ ਬਾਅਦ ਆ ਗਈ, ਕਿਸੇ ਦੀ 70 ਮੰਜ਼ਿਲ। ਹਰ ਇੱਕ ਨੇ ਆਪਣੇ ਸਟੇਸ਼ਨ 'ਤੇ ਉਤਰ ਜਾਣਾ। ਜਦੋਂ ਉਹਦਾ ਸਟੇਸ਼ਨ ਆਉਣਾ, ਉਹਨੂੰ ਉਤਰਨਾ ਪੈਣਾ, ਉਹਦੀ ਮੰਜ਼ਿਲ ਆ ਗਈ। ਗੁਰੂ ਕਹਿਣ ਲੱਗੇ, ਇਹ ਹੈ ਜਮ ਮੱਗ, ਜਿੰਦਾ ਬੱਲਿਆ ਹੋਇਆ ਮਨੁੱਖ ਤੁਰਿਆ ਜਾਂਦਾ, ਪਰ ਹੁੰਦਾ ਕੀ ਹੈ, ਖਾਏ ਚੋਟਾਂ, ਥਾਂ ਥਾਂ ਠੇਡੇ ਖਾ ਰਿਹਾ। ਠੇਡੇ ਕਿਉਂ ਖਾ ਰਿਹਾ? ਸ਼ਬਦ ਬਿਨ ਬਿਤਾ ਲਿਆ। ਕਿਹੜੀ ਦੋ ਹਰਫੀ ਗੱਲ ਫੈਸਲੇ ਦੀ, ਕਿਉਂਕਿ ਸ਼ਬਦ ਦੀ ਅਗਵਾਈ ਚਾਨਣ ਨਹੀਂ ਲੈਂਦਾ, ਸ਼ਬਦ ਦੀ ਰੌਸ਼ਨੀ ਵਿੱਚ ਨਹੀਂ ਜਾਂਦਾ, ਬੇਤਾਲਾ ਹੋ ਕੇ ਤੁਰਦਾ। ਬੇਤਾਲਾ ਉਸੇ ਨੂੰ ਕਹਿੰਦੇ ਨੇ ਜਿਹੜਾ ਨਿਯਮ ਰਹਿਤ ਹੋਵੇ। ਤਾਲ ਕੀ ਹੈ? ਸੰਗੀਤ ਨੂੰ ਇੱਕ ਨਿਯਮ ਦਿੰਦਾ ਹੈ। ਤਾਲ ਵੱਜਦੀ ਹੈ, ਤਾਲ ਦਾ ਹੋਰ ਕੋਈ ਅਰਥ ਨਹੀਂ, ਗਾਉਣ ਵਾਲਾ ਕਿਸੇ ਬੰਧਨ ਵਿੱਚ ਆ ਗਿਆ। ਉਸ ਬੰਧਨ, ਉਸ ਨਿਯਮ ਦਾ ਨਾਮ ਤਾਲ ਹੈ। ਤੇ ਜਿਹੜਾ ਮਨੁੱਖ ਸ਼ਬਦ ਵੀ ਹੋਣਾ ਹੈ, ਜਿਹੜਾ ਸ਼ਬਦ ਦੀ ਅਗਵਾਈ ਵਿੱਚ ਨਹੀਂ ਚੱਲਦਾ, ਉਹ ਬੇਤਾਲਾ ਹੈ। ਜਦੋਂ ਉਸ ਇਸਦੀ ਅਗਵਾਈ ਵਿੱਚੋਂ ਖਤਮ ਹੋ ਜਾਏ ਨਾ, ਉਹਦੇ ਨਿਯਮਾਂ ਵਿੱਚ ਨਾ ਰਹੇ, ਉਦੋਂ ਲੋਕ ਕਹਿੰਦੇ ਨੇ ਫਲਾਣਾ ਤਾਂ ਗਾਇਕ ਬੇਤਾਲਾ ਹੋ ਗਿਆ। ਤਾਲ ਨਿਯਮ ਹੈ। ਜਦੋਂ ਸ਼ਬਦ ਦੀ ਅਗਵਾਈ ਵਿੱਚ, ਸ਼ਬਦ ਦੇ ਨਿਯਮਾਂ ਵਿੱਚ ਜੀਵਨ ਨਾ ਰਹੇ, ਜੀਵਨ ਤਾਂ ਵੱਧ ਰਿਹਾ ਸੀ ਮੌਤ ਵੱਲ, ਸੁਰੱਖਿਅਤ ਰਿਹਾ ਜਾਂਦਾ। ਮੰਜ਼ਿਲ ਤਾਂ ਉਹ ਹਰ ਇੱਕ ਨੇ ਜਾਣਾ ਹੀ ਹੈ, ਪਰ ਹੋਇਆ ਕਿ ਠੇਡੇ ਖਾ ਰਿਹਾ। ਉਹ ਜਾਣਾ ਤਾਂ ਉਸ ਮੰਜ਼ਿਲ ਵੱਲ ਹੀ ਸੀ, ਸਾਰਿਆਂ ਨੇ ਜਾਣਾ, ਪਰ ਕੁਛ ਲੋਕ ਠੇਡੇ ਖਾਂਦੇ ਨੇ। ਕਹਿਣ ਲੱਗੇ ਠੇਡੇ ਖਾ ਰਿਹਾ, ਕਿਉਂ ਖਾ ਰਿਹਾ? ਕਿਉਂਕਿ ਸ਼ਬਦ ਬਿਨ ਬਿਤਾ ਲਿਆ, ਸ਼ਬਦ ਤੋਂ ਵਿਹੂਣਾ ਹੋ ਕੇ, ਸ਼ਬਦ ਦੀ ਰੋਸ਼ਨੀ ਨੂੰ ਛੱਡ ਕੇ ਬੇਤਾਲਾ ਹੋਇਆ ਫਿਰਦਾ। ਤੇ ਗੁਰੂ ਕਹਿੰਦੇ ਨੇ, ਆ ਭਗੜਿਆ, ਮੈਂ ਤੈਨੂੰ ਕਹਿਣਾ, ਤੂੰ ਸ੍ਰੇਸ਼ਟ ਗੁਣ ਲੈ ਕੇ ਇੱਕ ਮਨੁੱਖਾ ਦੇ ਵਾਂਗੂ ਆਇਆ, ਪਰ ਤੂੰ ਬੇਤਾਲਾ ਹੋ ਕੇ ਜਮ ਮਗ ਮੌਤ ਦੇ ਰਸਤੇ ਤੁਰਨੇ ਹੈ। ਤੂੰ ਉਹਦੇ ਨਾਲ ਆਪਣਾ ਪਿਆਰ ਪਾ ਬੈਠਾ ਹੈ, ਜਿਵੇਂ ਭਗਤ ਨੇ ਕਮਲ ਫੁੱਲ ਨਾਲ ਪਾਇਆ। ਕਮਲ ਫੁੱਲ ਉਹਦਾ ਨਹੀਂ, ਵਫ਼ਾਦਾਰ ਨਹੀਂ, ਉਹਦਾ ਤਾਂ ਸੰਬੰਧ, ਉਹ ਗੁਲਾਮ ਹੈ ਅੱਗੇ ਸੂਰਜ ਦਾ। ਤੂੰ ਸੂਰਜ ਦੇ ਗੁਲਾਮ ਦੀ ਗੁਲਾਮੀ ਆਪ ਕਬੂਲ ਰਹੀ। ਤੂੰ ਕਮਲ ਫੁੱਲ ਦਾ ਗੁਲਾਮ ਹੋਇਆ, ਕਮਲ ਫੁੱਲ ਸੂਰਜ ਦਾ ਗੁਲਾਮ ਸੀ, ਤੇਰਾ ਨਹੀਂ ਸੀ। ਇਉਂ ਤੂੰ ਗੁਲਾਮ ਦਰ ਗੁਲਾਮ ਹੋਈ ਗਿਆ, ਨਤੀਜਾ ਇਹ ਨਿਕਲਿਆ, ਤੂੰ ਜੀਵਨ ਦੇ ਪੰਧ ਅੰਦਰ ਠੇਡੇ ਖਾਂਦਾ ਰਿਹਾ, ਸ਼ਬਦ ਦੀ ਅਗਵਾਈ ਨਾ ਲਈ। ਕਹਿਣ ਲੱਗੇ, ਆ ਜੇ ਇਉਂ ਹੀ ਚੱਲਦਾ ਰਿਹਾ, ਤੇ ਹੇ ਕਾਲੇ ਭਵਰ, ਤੇਰੇ ਕੋਲ ਗੁਣ ਤੇ ਸਨ, ਤੂੰ ਸ੍ਰੇਸ਼ ਸਹਿ ਭੂੰਡਾਂ ਵਿੱਚੋਂ, ਜਿਵੇਂ ਹਰਨਾਂ ਵਿੱਚੋਂ ਕਾਲਾ ਹਰਨ ਸ੍ਰੇਸ਼ ਸੀ, ਇਵੇਂ ਭੂੰਡਾਂ ਵਿੱਚੋਂ ਤੂੰ ਇੱਕ ਕਾਲਾ ਭਵਰ ਸ੍ਰੇਸ਼ ਸਹਿ। ਪਰ ਵਿਸ਼ਵਾਸ ਕਰ, ਤੂੰ ਵੀ ਜੀਵਨ ਦੀ ਜੀਵਨ ਨੂੰ ਮੌਤ ਦੇ ਖੇਤਰ ਵੱਲ ਆਪ ਲਿਜਾ ਰਿਹਾ ਹੈ, ਮਰ ਜਾਏਗਾ ਸ਼ਬਦ ਵੀ ਹੋਣਾ ਹੋ ਕੇ। ਗੁਰੂ ਨੇ ਫੈਸਲਾ ਦਿੱਤਾ, ਕਹਿਣ ਲੱਗੇ, ਸੱਚ ਕਹੇ ਨਾਨਕ
ਸੱਚ ਕਹੇ ਨਾਨਕ ਐਸੀਆਂ ਜੀਵਨ ਦੀਆਂ ਕਹਾਣੀਆਂ ਨੇ ਜਿਹੜੀਆਂ ਸੰਕੇਤਕ ਸ਼ਬਦਾਂ ਨਾਲ ਲਫ਼ਜ਼ਾਂ ਨਾਲ ਸਮਝਾਈਆਂ ਗਈਆਂ ਨੇ। ਤਾਂ ਮੇਰਾ ਮਨ ਸੀ ਜਦੋਂ ਇਹ ਸ਼ਬਦ ਮੇਰੇ ਸਾਹਮਣੇ ਆਏ, ਇਸ ਲਈ ਰਾਤ ਵਾਲੇ ਸ਼ਬਦ ਨੂੰ ਅਗਲੇ ਬਾਕੀ ਹਿੱਸੇ ਨੂੰ ਅਗਲੇ ਹਫ਼ਤੇ 'ਤੇ ਛੱਡਿਆ। ਮੈਂ ਕਿਹਾ ਕਿਉਂਕਿ ਇਹਦੇ ਚਾਰ ਹੈਨ ਬੰਦ, ਦੋ ਅੱਜ ਹੋ ਗਏ, ਦਸ ਨੇ ਦੋ ਹਫ਼ਤੇ ਤੁਹਾਡੇ ਕੋਲ ਹੋਰ ਹਾਜ਼ਰੀ ਭਰਨੀ, ਫਿਰ ਛੁੱਟੀ ਲੈਣੀ ਹੈ, ਅਤੇ ਸੋਚ ਕੇ ਵੀ ਚਲੋ ਅਗਲੇ ਦੋ ਹਫ਼ਤਿਆਂ ਵਿੱਚ ਇਹੋ ਹੀ ਛੰਦ ਪੂਰੇ ਕਰ ਲਈਏ। ਇੱਕ ਸੰਪੂਰਨ ਛੰਦ ਆਪਾਂ ਆਉਣ ਵਾਲੇ ਹਫ਼ਤਿਆਂ ਵਿੱਚ ਦੋ ਵਿੱਚ ਅਗਲੇ ਦੋ ਛੰਦਾਂ ਦੀ ਵਿਚਾਰ ਕਰਨੀ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।